ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ। ਇਹਨਾਂ ਨੇ ਅਨਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ। ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ ਆਰਮ ਇੰਜਰੀਜ਼ ਆਈ ਐਂਡ ਹੀ ਸਕਮ ਟੂ ਦੀ ਇੰਜਰੀਜ਼। ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਖਤਰਨਾਕ ਗੈਂਗਸਟਰ ਕਾਲਾ ਧਨੋਲਾ ਦਾ ਐਨਕਾਊਂਟਰ ਕਰ ਦਿੱਤਾ ਹੈ ਤੇ ਐਨਕਾਊਂਟਰ ਦੌਰਾਨ ਕਾਲਾ ਧਨੋਲਾ ਮਾਰਿਆ ਗਿਆ ਹੈ ਤੇ ਇਹ ਐਨਕਾਊਂਟਰ ਜਿਹੜਾ ਕਿ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ। ਦਰਅਸਲ AGTF ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਕੈਟਾਗਰੀ ਦਾ ਮੋਸਟ ਵਾਂਟਿਡ ਗੈਂਗਸਟਰ ਕਾਲਾ ਧਨੋਲਾ ਇਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੈ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਹੈ। ਇਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਆਪਣਾ ਜਾਲ ਵਿਛਾ ਕੇ ਗੈਂਗਸਟਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੈਂਗਸਟਰ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਕਾਲਾ ਧਨੋਲਾ ਜਿਹੜਾ ਕਿ ਮਾਰਿਆ ਗਿਆ ਹੈ। ਇਸ ਮਾਮਲੇ ਤੇ ਹੋਰ ਜਾਣਕਾਰੀ ਦਿੰਦੇ ਆ ਐਂਟੀ ਟਾਸਕ ਫੋਰਸ ਦੇ AIG ਸੰਦੀਪ ਕੁਮਾਰ ਅਤੇ DSP ਵਿਕਰਮ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ, ਆਓ ਸੁਣਦੇ ਹਾਂ। ਇੱਕ ਏ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ, ਗੁਰਮੀਤ ਸਿੰਘ ਕਾਲਾ ਧਨੋਲਾ, ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ FIR ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ, ਜਿਸਮੇ ਭਗੋੜਾ ਥਾ, ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ ਸੁਰਿੰਦਰ ਪਾਲ ਉਰਫ ਪਾਲਾ 'ਤੇ ਕੀਤਾ ਸੀਗਾ। ਉਹਦੀ ਭਾਲ ਦੇ ਤਹਿਤ AGTF ਦੀ ਟੀਮ ਅਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ। AGTF ਦੀ ਟੀਮ ਇੱਥੇ ਆਈ ਸੀਗੀ, ਉਹਨਾਂ ਕੋਲ ਟੈਕਨੀਕਲ ਅਤੇ ਹਿਊਮਨ ਇੰਟ ਸੀਗਾ ਕਿ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ। ਜਦੋਂ ਅਸੀਂ ਉਸ ਇਨਪੁੱਟ 'ਤੇ ਕੰਮ ਕਰਦੇ ਹੋਏ ਸਾਡੀ ਟੀਮ AGTF ਦੀ ਇੱਥੇ ਪਹੁੰਚੀ, ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਅਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ। ਇਹਨਾਂ ਨੇ ਅਨਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ, ਫਾਇਰਿੰਗ ਕਰਕੇ ਉੱਥੋਂ ਭੱਜਣਾ ਸ਼ੁਰੂ ਕਰਤਾ ਅਤੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਆਪਣੇ AGTF ਦੀ ਟੀਮ ਨੇ ਵੀ ਫਾਇਰ ਕੀਤਾ, ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ ਆਰਮ ਇੰਜਰੀਜ਼ ਆਈ ਐਂਡ ਹੀ ਸਕਮ ਟੂ ਦੀ ਇੰਜਰੀਜ਼। ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ, ਉਹਦੇ ਵਿੱਚ ਸਾਡੇ 2 ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ। ਇਹ ਸਾਰਿਆਂ ਨੂੰ ਅਸੀਂ ਹੋਸਪਿਟਲ ਸ਼ਿਫਟ ਕਰਤਾ। ਇੱਥੋਂ ਸਾਨੂੰ 3 ਸੋਫਿਸਟੀਕੇਟਡ ਵੈਪਨ ਸਮਾਲ ਆਰਮਸ ਅਤੇ ਕਈ ਮੈਗਜ਼ੀਨਸ ਅਤੇ ਲਾਈਵ ਰਾਊਂਡਸ ਬਰਾਮਦ ਹੋਏ ਨੇ। ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਹੈ। ਸਰ ਇਹਦੇ 'ਚ ਹੋਰ ਵੀ ਤਿੰਨ ਬੰਦੇ ਅਸੀਂ ਹੋਰ ਰਾਊਂਡ ਅਪ ਕੀਤੇ। ਇੱਕ ਜੋ ਇਹ 2 ਨੰਬਰ FIR ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਿਡ ਸੀਗਾ, ਉਹਦੇ ਸਾਥੀ ਹੀ ਸੀਗੇ, ਉਹ ਵੀ ਕੋ ਐਕਿਊਜ਼ਡ ਨੇ। ਇੱਕ ਸੁਖਚੈਨ ਸਿੰਘ ਉਰਫ ਛੀਨਾ ਹੈ ਅਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ। ਸੂਤਰਾਂ ਦੇ ਮੁਤਾਬਕ ਗੈਂਗਸਟਰ ਕਾਲਾ ਧਨੋਲਾ ਹਿਸਟਰੀ ਸ਼ੀਟਰ ਸੀ ਤੇ ਜਿਸ ਤੇ 35 ਤੋਂ ਵੱਧ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਸਨ। ਕਾਲਾ ਧਨੋਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਲਈ ਸਰਦਰਦੀ ਬਣਿਆ ਹੋਇਆ ਸੀ, ਜਿਸਦਾ ਬੀਤੀ ਦਿਨੀ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਇਸ ਦੇ ਉੱਤੇ ਕਿਸੇ ਕਾਂਗਰਸੀ ਆਗੂ ਤੇ ਹਮਲਾ ਕਰਨ ਦੇ ਵੀ ਦੋਸ਼ ਲਗਾਏ ਗਏ ਸਨ। ਚੜ੍ਹਦੀ ਕਲਾ ਟਾਈਮ TV ਲਈ ਬਰਨਾਲਾ ਤੋਂ ਚਮਕੌਰ ਸਿੰਘ ਗੱਗੀ ਦੀ ਰਿਪੋਰਟ।